ਜਲਦੀ ਟ੍ਰੇਨ ਵਿੱਚੋਂ ਡਿੱਗਣ ਕਾਰਨ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ। ਹਾਲਾਂਕਿ ਇਹ ਟ੍ਰੇਨ ਦੇ ਵਿੱਚੋਂ ਕਿਵੇਂ ਡਿੱਗੇ, ਕਿਸੇ ਨੇ ਇਹਨਾਂ ਨੂੰ ਧੱਕਾ ਦਿੱਤਾ ਜਾਂ ਫਿਰ ਇਹ ਖੁਦ ਉਤਰਨ ਵੇਲੇ ਡਿੱਗ ਗਏ, ਇਹ ਜਾਂਚ ਦਾ ਵਿਸ਼ਾ ਹੈ। ਪਰ ਦੋ ਯਾਤਰੀਆਂ ਦੀ ਮੌਤ ਹੋ ਗਈ ਹੈ, ਟ੍ਰੇਨ ਦੇ ਵਿੱਚੋਂ ਡਿੱਗਣ ਕਾਰਨ ਦੋ ਯਾਤਰੀਆਂ ਦੀ ਮੌਤ ਹੋਈ ਹੈ। ਦੱਸਿਆ ਇਹ ਜਾ ਰਿਹਾ ਹੈ ਕਿ ਖੰਨਾ ਅਤੇ ਲੁਧਿਆਣਾ ਦੇ ਵਿਚਕਾਰ ਚਾਵਾ ਟਰੈਕ ਦੇ ਨੇੜੇ ਇਹਨਾਂ ਦੀਆਂ ਦੋਵਾਂ ਦੀਆਂ ਡੈੱਡ ਬਾਡੀਜ਼ ਮਿਲੀਆਂ ਨੇ। ਹਾਲਾਂਕਿ GRP ਨੇ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਹੈ। ਅਚਾਨਕ ਟ੍ਰੇਨ ਦੇ ਵਿੱਚੋਂ ਇਹ ਦੋ ਯਾਤਰੀ ਡਿੱਗੇ ਨੇ ਅਤੇ ਦੋਵਾਂ ਦੀਆਂ ਲਾਸ਼ਾਂ ਰੇਲਵੇ ਟਰੈਕ 'ਤੇ ਪਈਆਂ ਮਿਲੀਆਂ ਨੇ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ GRP ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਖੰਨਾ ਅਤੇ ਲੁਧਿਆਣਾ ਰੇਲਵੇ ਸਟੇਸ਼ਨ ਦੇ ਅੱਧ ਵਿਚਕਾਰ ਚਾਵਾ ਦੇ ਨੇੜੇ ਦੋ ਡੈੱਡ ਬਾਡੀਜ਼ ਮਿਲੀਆਂ ਨੇ, ਜਿਸ ਤੋਂ ਬਾਅਦ ਉਹ ਅਤੇ ਉਹਨਾਂ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ, ਜਿਸ ਤੋਂ ਬਾਅਦ ਉਹਨਾਂ ਨੇ ਜਾਂਚ ਕੀਤੀ। ਹਾਲਾਂਕਿ ਦੋਵਾਂ ਦੀਆਂ ਮ੍ਰਿਤਕ ਦੇਹਾਂ ਦੀ ਜਾਂਚ ਕੀਤੀ ਗਈ ਅਤੇ ਦੋਵਾਂ ਦੇ ਕੋਲੋਂ ਕੋਈ ਵੀ ਆਈਡੈਂਟੀ ਪਰੂਫ ਜਿਹੜਾ ਹੈ ਉਹ ਨਹੀਂ ਮਿਲਿਆ ਹੈ। ਤਾਂ ਰੇਲਵੇ ਸਟੇਸ਼ਨ ਚਾਵਾ ਦੇ ਨੇੜੇ ਇਹ ਹਾਦਸਾ ਵਾਪਰਿਆ, ਟਰੈਕ 'ਤੇ ਦੋਵਾਂ ਦੀਆਂ ਡੈੱਡ ਬਾਡੀਜ਼ ਮਿਲੀਆਂ ਨੇ ਅਤੇ ਹੁਣ ਪੁਲਿਸ ਜਾਂਚ ਕਰ ਰਹੀ ਹੈ ਅਤੇ ਇਹਨਾਂ ਦੀ ਡੈੱਡ ਬਾਡੀਜ਼ ਨੂੰ 72 ਘੰਟੇ ਲਈ ਪਹਿਚਾਣ ਦੇ ਲਈ ਵੀ ਰੱਖਿਆ ਗਿਆ। ਪਰ ਇਹ ਹਾਦਸਾ ਕਿਵੇਂ ਵਾਪਰਿਆ, ਕੀ ਇਹ ਕੋਈ ਬਿਨਾਂ ਟਿਕਟ ਤੋਂ ਸਫ਼ਰ ਕਰ ਰਹੇ ਸੀ ਜਾਂ ਇਹਨਾਂ ਨੇ ਪਹਿਲਾਂ ਉਤਰਨ ਦੀ ਕੋਸ਼ਿਸ਼ ਕੀਤੀ ਚਲਦੀ ਟ੍ਰੇਨ ਦੇ ਵਿੱਚੋਂ ਛਾਲ ਮਾਰੀ, ਜਾਂ ਇਹਨਾਂ ਨੂੰ ਕਿਸੇ ਨੇ ਧੱਕਾ ਦਿੱਤਾ, ਕਿਹੜੀ ਟ੍ਰੇਨ ਦੇ ਵਿੱਚੋਂ ਡਿੱਗੇ ਨੇ, ਜਾਂਚ ਦਾ ਵਿਸ਼ਾ। ਪਰ ਦੋ ਯਾਤਰੀਆਂ ਦੀ ਟ੍ਰੇਨ ਦੇ ਵਿੱਚੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਇਹ ਸਰ ਅੱਜ ਸਵੇਰੇ 4 ਵਜੇ ਦੇ ਕਰੀਬ ਸਾਡੀ ਇੱਥੋਂ ਖੰਨੇ ਦੀ ਮੇਰੀ ਜੈਲ ਪੋਸਟ ਆ GRP ਚਾਵਾ ਚਾਵੇ ਨੂੰ ਸਰ ਔਨ ਡਿਊਟੀ SM ਨੇ ਵੀ ਮੋਹ ਦਿੱਤੀ ਸੀ ਵੀ ਕਿਸੇ ਗੱਡੀ ਦੇ ਵਿੱਚੋਂ ਨਾਮ ਰੂਮ ਗੱਡੀ 'ਚੋਂ ਮਤਲਬ ਦੋ ਜਵਾਨ ਨੇ ਜਿਹੜੇ ਥੱਲੇ ਡਿੱਗ ਕੇ ਜਾਨ ਬਾਹਰ ਹੋ ਗਏ ਨੇ, ਮਤਲਬ ਮਰ ਗਏ ਨੇ ਮੌਕਾ 'ਤੇ। ਅਤੇ ਚਾਵਾ ਤੋਂ ਜੀ PSI ਕੁਲਵੰਤ ਸਿੰਘ ਅਤੇ ਦਵਿੰਦਰ ਸਿੰਘ ਵਗੈਰਾ ਦੀ ਪਾਰਟੀ ਉੱਥੇ ਮੌਕੇ 'ਤੇ ਪਹੁੰਚੀ ਜੀ। ਮੇਰੇ SHO ਸਾਹਿਬ ਵੀ ਆ ਗਏ ਸੀਗੇ, ਮੈਂ ਵੀ ਮੌਕੇ 'ਤੇ ਮੌਜੂਦ ਸੀਗਾ ਜੀ। ਅਤੇ ਉੱਥੋਂ ਅਸੀਂ ਦੇਖਿਆ ਵੀ ਕਿਸੇ ਗੱਡੀ 'ਚੋਂ ਦੋ ਵਿਅਕਤੀ, ਇੱਕ ਤਾਂ ਡਿੱਗ ਕੇ ਲਾਈਨਾਂ ਦੇ ਵਿੱਚ ਪਿਆ ਸੀਗਾ, ਇੱਕ ਸਰ ਟਰੈਕ ਤੋਂ ਥੱਲੇ ਪਿਆ ਸੀਗਾ ਦੂਜਾ। ਚਲੋ ਅਸੀਂ ਉਹ ਕਰਮਵਾਰ ਉਹਨਾਂ ਦੀ ਫੋਟੋਗ੍ਰਾਫੀ ਵਗੈਰਾ ਮੌਕੇ ਦੀ ਕਰਕੇ ਉੱਥੋਂ ਚੱਕ ਕੇ ਸੇਫ ਜਗ੍ਹਾ 'ਤੇ ਕੀਤੇ, ਕਿਉਂਕਿ ਟਰੈਕ ਉੱਥੋਂ ਡੈਡੂ ਪਿੰਡ ਦੇ ਕੋਲੋਂ ਕਾਫ਼ੀ ਉੱਚਾ ਜੀ ਧਰਤੀ ਤੋਂ ਧਰਾਤਲ ਤੋਂ। ਉੱਥੋਂ ਚੱਕ ਕੇ ਅਸੀਂ ਟਰੈਕ ਕਲੀਅਰ ਕਰਵਾ ਕੇ ਥੱਲੇ ਰੱਖੇ ਜੀ। ਮੁੱਢਲੀ ਕਾਰਵਾਈ ਕਰਨ ਉਪਰੰਤ ਅਸੀਂ ਲਾਸ਼ਾਂ ਦੋਨਾਂ ਦੀਆਂ ਜੀ ਮਤਲਬ ਸਿਵਲ ਹਸਪਤਾਲ ਖੰਨਾ ਮੋਰਚਰੀ ਉਠਾਤੀਆਂ ਨੇ 72 ਘੰਟੇ ਲਈ, ਕਿਉਂਕਿ ਉਹਨਾਂ ਦੋਨਾਂ ਦੇ ਕੋਲ ਸਰ ਕੋਈ ਇੱਦਾਂ ਦਾ ਡਾਕੂਮੈਂਟਸ ਵਗੈਰਾ ਜਾਂ ਫੋਨ ਵਗੈਰਾ ਨਹੀਂ ਸੀਗਾ ਵੀ ਜਿਸ ਤੋਂ ਉਹਨਾਂ ਦੀ ਕੋਈ ਸ਼ਨਾਖਤ ਬਣਦੀ ਮੌਕੇ। ਦੋਨੇ ਸਰ ਮੇਲ ਨੇ ਜੀ, ਲੱਗਦੇ ਪ੍ਰਵਾਸੀ ਨੇ ਅਤੇ ਇੱਕ ਦੀ ਉਮਰ ਸਰ ਅਸੀਂ ਦੇਖੀ ਆ ਕਰੀਬ 30-35 ਸਾਲ ਅਤੇ ਇੱਕ ਛੋਟਾ ਉਦੋਂ ਉਹ 28-30 ਸਾਲ ਦੇ ਦਰਮਿਆਨ। ਇਹ ਸਰ ਮਤਲਬ ਕੁਦਰਤੀ ਮੌਤਾਂ ਨੇ ਸਰ, ਕੁਦਰਤੀ ਮੌਤਾਂ ਅਧੀਨ ਪਹਿਲਾਂ ਅਸੀਂ 174 CRPC 'ਚ ਕਾਰਵਾਈ ਕਰਦੇ ਸੀਗੇ ਜੀ, ਹੁਣ 1-7 ਤੋਂ ਮਤਲਬ ਸੈਂਕਸ਼ਨਾਂ ਚੇਂਜ ਹੋਈਆਂ ਨੇ, ਹੁਣ ਅਸੀਂ 194 BNSS ਦੇ ਅਧੀਨ ਕਾਰਵਾਈ ਕਰਦੇ। ਪਛਾਣ ਲਈ ਸਰ ਅਸੀਂ 72 ਘੰਟੇ ਲਈ ਲਾਸ਼ਾਂ ਜਿਹੜੀਆਂ ਦੋਨੇ ਮੌਰਚਰੀ ਸਿਵਲ ਹਸਪਤਾਲ ਖੰਨਾ ਰਖਵਾ ਦਿੱਤੀਆਂ ਨੇ, 72 ਘੰਟੇ ਇੰਤਜ਼ਾਰ ਕਰਾਂਗੇ। 72 ਘੰਟੇ ਸਰ ਜੇ ਸ਼ਨਾਖਤ ਹੋ ਜਾਂਦੀ ਹੈ, ਸ਼ਨਾਖਤੀ ਬਿਆਨ ਲਿਖ ਕੇ ਵਾਰਸਾਂ ਦੇ ਲਾਸ਼ਾਂ ਉਹਨਾਂ ਦੇ ਹਵਾਲੇ ਕਰ ਦਾਂਗੇ ਪੋਸਟਮਾਰਟਮ ਕਰਵਾ ਕੇ। ਨਹੀਂ 72 ਘੰਟੇ ਬੀਤਣ ਤੋਂ ਬਾਅਦ ਅਗਰ ਸਰ ਸ਼ਨਾਖਤ ਨਹੀਂ ਹੁੰਦੀ ਤਾਂ ਮਿਊਂਸਪਲ ਕਮੇਟੀ ਦੁਆਰਾ ਲਵਾਦ ਸਲਾਸਿਆਂ ਦਾ ਉਹਨਾਂ ਦੇ ਸਮਾਜਿਕ ਰੀਤੀ ਰਿਵਾਜ਼ਾਂ ਮੁਤਾਬਕ ਸੰਸਕਾਰ ਕਰਵਾ ਦਿੱਤਾ।